ਕਿਹਾ ਕਿ ਰੇਲ ਗੱਡੀ ਖੜੀ ਹਾਰਨ ਤੇ ਹਾਰਨ ਮਾਰ ਰਹੀ ਹੈ ਪਰ ਕੋਈ ਰਾਜ ਨਹੀਂ ਦਿੰਦਾ, ਇਹ ਕਿਵੇਂ ਹੋ ਗਿਆ? ਦੋ ਬੰਦੇ ਵੀ ਹੱਥ 'ਚ ਲਾਲ ਹਰੀ ਝੰਡੀ ਫੜ ਕੇ ਖੜੀ ਰੇਲ ਗੱਡੀ ਨੂੰ ਸੜਕ ਪਾਰ ਕਰਵਾਉਣ ਲਈ ਜੱਦੋਜਹਿਦ ਕਰ ਰਹੇ ਆ, ਪਰ ਕੋਈ ਰੁਕਦਾ ਹੀ ਨਹੀਂ। ਖਾ ਗਏ ਨਾ ਤੁਸੀਂ ਵੀ ਚੱਕਰ? ਦਰਅਸਲ ਇਹ ਵੀਡੀਓ ਪਾਕਿਸਤਾਨ ਦੀ ਹੈ, ਜਿੱਥੇ ਸੜਕਾਂ 'ਤੇ ਲੰਘਣ ਵਾਲਾ ਟ੍ਰੈਫਿਕ ਰੁਕਦਾ ਨਹੀਂ ਹੈ, ਬਲਕਿ ਰੇਲ ਗੱਡੀ ਰੋਕ ਕੇ ਇੰਤਜ਼ਾਰ ਕਰ ਰਹੀ ਹੈ ਕਿ ਕਦੋਂ ਟ੍ਰੈਫਿਕ ਕਲੀਅਰ ਹੋਵੇ ਅਤੇ ਮੈਂ ਲੰਘ ਜਾਵਾਂ। ਅਕਸਰ ਹੀ ਤੁਸੀਂ ਦੂਜੇ ਦੇਸ਼ਾਂ ਦੇ ਵਿੱਚ ਦੇਖਦੇ ਹੋ ਕਿ ਜਦੋਂ ਰੇਲ ਗੱਡੀ ਆਉਂਦੀ ਹੈ ਤਾਂ ਸਾਰਾ ਟ੍ਰੈਫਿਕ ਰੁਕ ਜਾਂਦਾ, ਬਲਕਿ ਫਾਟਕ ਜਿਹੜੇ ਆ ਉਹ ਬੰਦ ਕਰ ਦਿੱਤੇ ਜਾਂਦੇ ਨੇ ਕਿ ਰੇਲ ਗੱਡੀ ਪਹਿਲਾਂ ਲੰਘ ਜਾਵੇ ਅਤੇ ਫਿਰ ਟ੍ਰੈਫਿਕ ਜਿਹੜਾ ਉਸਨੂੰ ਛੱਡਿਆ ਜਾਵੇ। ਪਰ ਇੱਥੇ ਤਾਂ ਜਮ੍ਹਾਂ ਹੀ ਉਲਟਾ ਹੈ, ਪਹਿਲਾਂ ਟ੍ਰੈਫਿਕ ਲੰਘੂਗਾ ਜਿਹੜਾ ਸੜਕਾਂ 'ਤੇ ਹੈ, ਯਾਨੀ ਕਿ ਗੱਡੀਆਂ ਮੋਟਰਸਾਈਕਲ ਇਹ ਲੋਕ ਲੰਘਣਗੇ ਅਤੇ ਬਾਅਦ ਦੇ ਵਿੱਚ ਜਦੋਂ ਕਲੀਅਰ ਹੋ ਜੂਗਾ ਫਿਰ ਰੇਲ ਗੱਡੀ ਲੰਘੂਗੀ। ਅਤੇ ਇਸੇ ਤਰੀਕੇ ਦੇ ਨਾਲ ਹੀ ਹੋਇਆ ਇਹ ਪਾਕਿਸਤਾਨ ਦੇ ਵਿੱਚ। ਇਹ ਪਾਕਿਸਤਾਨ ਦੀ ਵੀਡੀਓ ਹੈ, ਲਗਾਤਾਰ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ, ਤਰ੍ਹਾਂ ਤਰ੍ਹਾਂ ਦੀ ਲੋਕ ਇਸ ਦੇ ਉੱਪਰ ਟਿੱਪਣੀ ਵੀ ਕਰ ਰਹੇ ਆ, ਹਾਸੋਹੀਣੇ ਜਵਾਬ ਵੀ ਦਿੱਤੇ ਜਾ ਰਹੇ ਆ ਕਿ ਯਾਰ ਆ ਕੀ, ਦੂਜੇ ਦੇਸ਼ਾਂ ਦੇ ਵਿੱਚ ਤਾਂ ਰੇਲ ਗੱਡੀ ਲੰਘ ਜਾਂਦੀ ਹੈ ਅਤੇ ਟ੍ਰੈਫਿਕ ਨੂੰ ਇੰਤਜ਼ਾਰ ਕਰਨਾ ਪੈਂਦਾ ਕਿ ਕਦੋਂ ਰੇਲ ਗੱਡੀ ਲੰਘੇ ਅਤੇ ਅਸੀਂ ਜਿਹੜਾ ਇੱਥੋਂ ਲੰਘਾਂਗੇ ਫਾਟਕ ਖੁੱਲ੍ਹੇਗਾ। ਪਰ ਇੱਥੇ ਜਮ੍ਹਾਂ ਹੀ ਉਲਟਾ, ਬਲਕਿ ਰੇਲ ਗੱਡੀ ਨੂੰ ਲੰਘਾਉਣ ਦੇ ਵਾਸਤੇ ਲੋਕਾਂ ਨੂੰ ਰੋਕਿਆ ਜਾ ਰਿਹਾ ਕਿ ਭਾਈ ਰੁਕ ਜਾਓ, ਰੇਲ ਗੱਡੀ ਨੂੰ ਲੰਘ ਲੈਣ ਦਿਓ, ਰੁਕ ਜਾਓ ਰੁਕ ਜਾਓ। ਹਰੀ ਝੰਡੀ ਹੱਥਾਂ ਦੇ ਵਿੱਚ ਫੜ ਕੇ ਲੋਕ ਲੱਗੇ ਹੋਏ ਨੇ ਕਿ ਯਾਰ ਰੇਲ ਗੱਡੀ ਨੂੰ ਤਾਂ ਲੰਘ ਲੈਣ ਦਿਓ, ਬਾਅਦ 'ਚ ਲੰਘ ਜਾਓ। ਪਰ ਨਾ, ਇੱਥੇ ਤਾਂ ਕੋਈ ਨਹੀਂ ਸੁਣ ਰਿਹਾ। ਫਿਰ ਤੁਸੀਂ ਦੇਖ ਸਕਦੇ ਹੋ ਜਦੋਂ ਸੜਕ ਦੇ ਉੱਪਰ ਖੜ ਕੇ ਲੋਕਾਂ ਨੂੰ ਰੋਕਿਆ ਜਾਂਦਾ ਤਾਂ ਫਿਰ ਰੇਲ ਗੱਡੀ ਜਿਹੜੀ ਹੈ ਉਹ ਲੰਘਦੀ। ਇਹ ਵੀਡੀਓ ਪੂਰੀ ਦੇਖੋ ਅਤੇ ਆਪਣੀ ਪ੍ਰਤੀਕਿਰਿਆ ਜਿਹੜੀ ਹੈ ਜ਼ਰੂਰ ਸਾਂਝੀ ਕਰੋ।